ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਇੱਕ ਹੋਟਲ 'ਤੇ ਪੁਲਿਸ ਨੇ ਕੀਤੀ ਰੇਡ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਦੇ ਵਿੱਚ ਦੇਵ ਵਪਾਰ ਦਾ ਧੰਦਾ ਚੱਲਦਾ ਹੈ। ਪੁਲਿਸ ਨੇ ਹੋਟਲ ਵਿੱਚ ਪਹੁੰਚ ਕੇ ਇੱਕ ਮੁੰਡੇ ਅਤੇ ਇੱਕ ਕੁੜੀ ਦੇ ਨਾਲ ਨਾਲ ਹੋਟਲ ਦੇ ਮੈਨੇਜਰ ਨੂੰ ਵੀ ਕਰ ਲਿਆ ਹਿਰਾਸਤ ਵਿੱਚ। ਪਰ ਦੂਜੇ ਪਾਸੇ ਹੋਟਲ ਮਾਲਕ ਵੱਲੋਂ ਪੁਲਿਸ 'ਤੇ ਲਗਾਏ ਗਏ ਵੱਡੇ ਦੋਸ਼। ਮਾਲਕ ਦਾ ਕਹਿਣਾ ਹੈ ਕਿ ਪੁਲਿਸ ਲਗਾਤਾਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ। ਕਦੀ ਹੋਟਲ ਵਿੱਚ ਮੰਗਦੀ ਹੈ ਫ੍ਰੀ ਦਾ ਕਮਰਾ ਅਤੇ ਕਦੀ ਖਾਣ ਨੂੰ ਮੰਗਦੀ ਹੈ ਚਿਕਨ, ਅਤੇ ਉਹਨਾਂ ਵੱਲੋਂ ਇਨਕਾਰ ਕਰਨ 'ਤੇ ਪੁਲਿਸ ਉਹਨਾਂ ਨਾਲ ਕੱਢ ਰਹੀ ਹੈ ਖੁੰਦਕ। ਹੋਟਲ ਦੇ ਮਾਲਕ ਦਾ ਕਹਿਣਾ ਹੈ, ਜਦੋਂ ਪੁਲਿਸ ਸਾਨੂੰ ਕਰਦੀ ਸੀ ਤੰਗ ਪਰੇਸ਼ਾਨ ਤਾਂ ਉਸ ਸਮੇਂ ਦੀ ਕੁਝ CCTV ਫੁਟੇਜ ਵੀ ਉਹਨਾਂ ਦੇ ਕੋਲ ਹੈ, ਜੋ ਕਿ ਹੋਟਲ ਦੇ ਮਾਲਕ ਨੇ ਮੀਡੀਆ ਦੇ ਸਾਹਮਣੇ ਪੇਸ਼ ਕੀਤੀ। ਤੁਸੀਂ ਵੀ ਦੇਖੋ ਕੀ ਹੋਈ ਇਹ ਪੂਰੀ ਘਟਨਾ। ਪੰਜਾਬੀ ਸਟੇਸ਼ਨ ਲਈ ਜਸਕਰਨ ਸਿੰਘ ਦੀ ਰਿਪੋਰਟ। ਜਦੋਂ ਆਉਂਦਾ ਤੂੰ ਫੜ ਲੈ, ਇਹ ਕਦੀ ਮੰਗਾ, ਤਿੰਨ ਕਮਰੇ ਚਾਰ ਕਮਰੇ ਸੰਨੀ ਡੇਢ ਵਜੇ ਤੱਕ 2 ਘੰਟੇ PCR ਵਾਲੇ ਮੁਲਾਜ਼ਮ ਆ ਕੇ 2 ਘੰਟੇ ਬਹਿੰਦੇ, ਕਹਿੰਦੇ ਜੀ ਕਮਰੇ ਖੋਲੋ, ਠੀਕ ਹੈ ਜੀ, ਆ ਕੇ ਗੱਲ ਸੁਣੋ, ਫਿਰ ਬੈਠੇ ਰਹਿੰਦੇ ਆ ਕੇ। ਉਹਨੇ ਕਿਹਾ ਭਾਜੀ ਵੇਖੋ ਮੈਂ ਗਰੀਬ ਆਦਮੀ ਆ, ਮੈਂ 700-800 ਦਾ ਕਮਰਾ ਲਾਨਾ ਤੇ ਮੈਂ ਕਿੱਥੇ। 2 ਦਿਨ ਬਾਅਦ ਜਿਹੜਾ ਰੀਡਰ ਆ ਇੱਥੋਂ ਦਾ ਚੌਂਕੀ ਜੀ ਦਾ, ਜਿਹੜਾ ਰੀਡਰ ਆ ਇੱਥੋਂ ਦਾ, ਜਿਹੜਾ ਚੌਂਕੀ ਇੰਚਾਰਜ ਦਾ ਰੀਡਰ ਆ, ਜਿਹਦੀ ਅੱਖ 'ਚ ਫਰਕ ਆ, ਉਹਨੇ ਕਹਿਦਾ, ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਭਾਜੀ ਤੁਸੀਂ ਧੱਕੇ ਨਾਲ ਕਿਉਂ ਮੁਰਗਾ ਮੰਗਦੇ ਜੇ ਕੋ, ਤੇ ਕਹਿੰਦਾ ਕਿ ਪੁਲਿਸ ਨਾ ਅੱਖਾਂ ਮੀਟ ਲੈਂਦੀ ਹੁੰਦੀ ਆ ਕਿਸੇ ਵੇਲੇ, ਤੇ ਪੁਲਿਸ ਪਰ ਮਤਲਬ ਪੁਲਿਸ ਨਾ ਅੱਖਾਂ ਨਹੀਂ ਮੀਟ ਦਿੰਦੀ। ਮੈਂ ਕਿਹਾ ਭਾਜੀ ਜੇ ਇਹਦੇ 'ਤੇ ਜੂਆ ਬਹਿੰਦਾ ਜਾਂ ਇਹ ਸ਼ਰਾਬ ਇਹਦਾ ਜਾਂ ਇਹ ਧੰਦਾ ਕਰਦਾ, ਫਿਰ ਤਾਂ ਇਹਦਾ ਦੋਸ਼ੀ ਆ, ਤੇ ਧੱਕੇ ਨਾਲ ਤੁਸੀਂ ਮੁਰਗਾ ਨਾ ਮੰਗੋ। ਇਹਨੇ ਇੰਨੀ ਗੱਲ ਕਹੀ ਪੁਲਿਸ ਮੁਲਾਜ਼ਮ ਨੇ, ਇਹਦਾ ਨੰਬਰ ਆ ਮੇਰੇ ਕੋਲ ਬਕਾਇਦਾ। ਫਿਰ ਮੈਂ ਇਹਦੀ ਵੀਡੀਓ ਖਿੱਚ ਕੇ CCTV ਦੀ ਇਹਨੂੰ ਭੇਜੀ ਕਿ ਤੁਹਾਡੀ 2 ਘੰਟੇ ਦੀ ਵੀਡੀਓ ਹੋ ਗਈ ਸਾਡੇ ਕੋਲ ਅੰਦਰ ਦੀ, ਉਹਦੀ ਸ਼ਿਕਾਇਤ ਕੀਤੀ ਤੁਸੀਂ? ਨਹੀਂ ਕੀਤੀ। ਅਸੀਂ ਸਾਹਿਬ ਨੂੰ ਕਿਹਾ, ਕੁਵਰ ਵੀਰ ਪ੍ਰਤਾਪ ਨੂੰ, ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਵੇਖੋ ਤੁਸੀਂ ਉੱਥੇ ਜਾਣਾ ਨਹੀਂ, ਜੇ ਕੋਈ ਗਲਤ ਕੰਮ ਹੋਏਗਾ ਤਾਂ ਮੈਨੂੰ ਦੱਸਿਓ। ਸਾਹਿਬ ਨੇ ਆਪ ਇਹਨੂੰ ਚੌਂਕੀ ਜਾਣ ਨੂੰ ਕਿਹਾ। ਅੱਜ ਇਹਨਾਂ ਨੇ ਨਵੀਂ ਪਲੈਨਿੰਗ ਕਰਕੇ, ਜੋ ਤੁਹਾਨੂੰ ਵੀ ਤੁਸੀਂ ਮੀਡੀਆ ਦੇ ਅੱਜ ਕੱਲ੍ਹ ਲੋਕਤੰਤਰ ਆ ਸਾਡਾ ਵੱਡਾ, ਕੁੜੀਆਂ ਤੇ ਕੁੜੀ ਤੇ ਮੁੰਡਾ ਸੀ ਕਿਹੜੇ ਨੇ, ਕੌਣ ਨੇ, ਕਿੱਥੋਂ? ਪਤਾ ਹੀ ਕੋਈ ਨਹੀਂ ਉਹਨੂੰ ਵਿਚਾਰੇ ਨੂੰ। ਆਈਡੀ ਤੁਸੀਂ ਲਈ ਸੀ? ਉਹਨੇ ਲਈ ਆਈਡੀ, ਆਈਡੀ ਹੈਗੀ ਨਾ, ਆਈਡੀ ਲਈ ਬਕਾਇਦਾ, ਉਹਨੇ ਰਜਿਸਟਰ ਵੇਖੋ ਇੱਥੇ ਆਈਡੀ ਲੱਗੀ ਬਕਾਇਦਾ। ਇਹ ਤੇ ਮਾਲਕਾਂ ਨੇ ਧੱਕਾ ਹੀ ਆ ਨਾ ਭਾਜੀ, ਇਹ ਸਾਰਿਆਂ ਨਾਲ ਵੱਡਾ ਲੋਕਤੰਤਰ ਤੁਸੀਂ ਜੇ। ਮੈਂ ਨਹੀਂ ਕਹਿੰਦਾ ਕਿ ਚਲੋ ਇਹ ਬੰਦੇ ਦਾ ਵਿਚਾਰੇ ਦਾ ਕੋਈ ਨੁਕਸਾਨ ਹੈ, ਨਿੱਕੇ ਨਿੱਕੇ ਬੱਚੇ ਦੇ 2, ਇਹਦੀ ਬੇਟੀ ਦੇ 1 ਬੇਟਾ, ਜੇ ਤੇ ਮਾੜੀ ਜਿਹੀ ਵੀ ਕਾਣੋ ਨਿਕਲੇ ਆ ਬਸ ਰੂਪ ਲੱਗਾ ਬਾਬਾ ਦੀਪ ਸਿੰਘ ਦਾ, ਇਹਨਾਂ ਵੱਡੀ ਕੋਈ ਗੱਲ ਨਹੀਂ। ਇਹਦੇ ਨਾਲ ਸਰਾਸਰ ਧੱਕਾ ਜੇ। ਡੇਢ ਮਹੀਨਾ ਪਹਿਲਾਂ ਵੀ ਪੁਲਿਸ ਆ ਕੇ ਧੱਕੇ ਨਾਲ, ਨਹੀਂ ਹੁੰਦਾ ਭਾਜੀ, ਬਿਲਕੁਲ ਨਹੀਂ ਹੁੰਦਾ। ਮੈਂ ਕਿਹਾ ਸਾਡਾ ਜੇ ਮੈਂ ਓਨਰ ਹੁੰਦਾ ਨਾ ਤੇ ਮੈਨੂੰ ਤੁਸੀਂ ਜੋ ਮਰਜ਼ੀ ਕਹਿ ਦਿੰਦੇ, ਮੈਂ ਤੇ ਬਾਹਰਲਾ ਤੀਜੇ ਪਰਸਨ ਆ ਕੇ ਇਹਦੀ ਗਵਾਹੀ ਭਰਨ ਲੈਣਾ। ਇਹਦੀ ਵਾਈਫ ਖਲੋਤੀ ਆ, ਇਹ ਅਨਿਲ ਠਾਕੁਰ। ਹੋਟਲ ਦਾ ਕੀ ਨਾਮ?
ਸੱਚਾਈ ਬੇਨਤੀ ਕਰ, ਦੋ ਮਹੀਨੇ ਪਹਿਲਾਂ ਕੀ ਹੋਇਆ ਸੀ? ਡੇਢ ਮਹੀਨਾ ਪਹਿਲਾਂ, ਇਹਨਾਂ ਨੇ ਡੇਢ ਮਹੀਨੇ ਪਹਿਲਾਂ ਦੀ ਗੱਲ ਸੁਣੋ ਭਾਜੀ, ਸੀਸੀਟੀਵੀ ਵੀਡੀਓ ਗਿਆ ਸਾਡੇ ਕੋਲ ਬਕਾਇਦਾ, ਠੀਕ ਹੈ ਜੀ, ਸੀਸੀਟੀਵੀ ਬੰਦਾ ਦੇ ਨਾਲ ਕੁਵਰ ਵੀ ਪ੍ਰਤਾਪ ਨੇ ਆਪ ਫੋਨ ਕੀਤਾ ਸੀ ਇਹਨਾਂ ਨੂੰ, ਇੰਚਾਰਜ ਸਾਹਿਬ ਨੂੰ, ਕਿ ਦੇਖੋ ਜੇ ਇੱਥੇ ਗਲਤ ਕੰਮ ਹੋਊਗਾ ਤੇ ਤੁਸੀਂ ਪਹਿਲਾਂ ਸਾਨੂੰ ਦੱਸਣਾ ਤੇ ਫੇਰ ਇੱਥੇ ਆਣਾ, ਜੇ ਦੋਸ਼ੀ ਪਾਇਆ ਇੱਥੇ ਪਰਚਾ ਦਿਓ, ਤੇ ਜਿਹੜੇ ਨਹੀਂ ਜੇ ਇਹਦੇ ਨਾਲ ਨਜਾਇਜ਼ ਹੋਇਆ ਤੇ ਫਿਰ ਆਲਰੇਡੀ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਜੀ, ਬਿਲਕੁਲ, ਪਰ ਪ੍ਰਸ਼ਾਸਨ ਦਾ ਹੱਕ, ਮੈਂ ਕਿਹਾ ਭਾਜੀ ਓਨਰ ਦਾ ਕੀ ਕਸੂਰ ਹੈ? ਓਨਰ ਨੇ ਆਈਡੀ ਦਿੱਤੀ ਦੀ ਆ, ਕੋਈ ਗੱਲ ਨੀ ਭਾਜੀ, ਚਲੋ ਚਲੋ।